ਡਾਕਟਰ ਭੁਰਜੀ ਸ਼ੋਅ 'ਚ ਤੁਹਾਡੇ ਸਾਰਿਆਂ ਦਾ ਨਿੱਘਾ ਸਵਾਗਤ ਹੈ। ਅਸੀਂ ਫਿਰ ਹਫ਼ਤੇ ਬਾਅਦ ਤੁਹਾਡੀ ਸੇਵਾ 'ਚ ਹਾਜ਼ਰ ਹੋ ਰਹੇ ਹਾਂ। ਅੱਜ ਦਾ ਸ਼ੋਅ ਅਸੀਂ ਹੋਲੇ ਮੁਹੱਲੇ ਦੇ ਟ੍ਰਿਬਿਊਟ ਦੇ ਉੱਤੇ, ਜਿਹਦੇ ਵਿੱਚ ਬਾਣੀ ਦੀ ਗੱਲ ਹੋਏਗੀ, ਉਸ ਤੋਂ ਬਾਅਦ ਹੈਲਥ ਸੈਗਮੈਂਟ ਜਿਹਦੇ ਵਿੱਚ ਪਾਣੀ ਦੀ ਗੱਲ ਹੋਏਗੀ, ਔਰ ਤੀਜਾ ਬੜਾ ਹੀ ਪਿਆਰਾ ਮਨੋਰੰਜਕ ਇੰਟਰਵਿਊ ਪੇਸ਼ ਹੋਏਗਾ ਖਾਣੀ ਦੇ ਉੱਤੇ। ਜਿਵੇਂ ਵੀ ਆਪਾਂ ਰਾਸ਼ਨ ਪਾਣੀ ਖਾਂਦੇ ਹਾਂ, ਵੇਰਕਾ ਫੂਡ ਉਹਨਾਂ ਦੇ ਗਗਨ ਜੀ ਅਤੇ ਮੋਨਾ ਜੀ ਨਾਲ ਉਹਨਾਂ ਦੇ ਬੱਚੇ ਵੀ ਹਾਜ਼ਰ ਹੋਣਗੇ। ਸੋ ਜਿਹੜਾ ਗੁਰਬਾਣੀ ਦਾ ਸੈਗਮੈਂਟ ਹੈਗਾ, ਅਸੀਂ ਦੇਖ ਰਹੇ ਹਾਂ ਵੀ ਹੁਣ ਮਾਰਚ ਦਾ ਮਹੀਨਾ ਹੈਗਾ, ਹੋਲੀ ਹੈ, ਹੋਲਾ ਮੁਹੱਲਾ ਆ। ਹੁਣ ਹੋਲਾ ਮੁਹੱਲਾ ਜਿਹੜਾ ਹੈਗਾ ਲਫ਼ਜ਼, ਅਗਰ ਆਪਾਂ ਹੋਲਾ ਲਈਏ ਤਾਂ ਹੱਲਾ ਤੋਂ ਓਰੀਜਨੇਟ ਹੁੰਦਾ। ਹੱਲਾ ਹੁੰਦਾ ਵੀ ਤੁਸੀਂ ਦਾਅਵਾ ਕਰਨਾ, ਤੁਸੀਂ ਅਸੈਂਡ ਕਰਨਾ, ਕੋਈ ਮਿਲਟਰੀ ਦਾ ਕੰਮ ਕਰਨਾ। ਅਤੇ ਮੁਹੱਲਾ ਹੁੰਦਾ ਇੱਕ ਕੌਲਮ ਜਾਂ ਇੱਕ ਟੁਕੜੀ ਜਿਹੜੀ ਬੜੀ ਡਿਸਿਪਲਿਨ ਦੇ ਨਾਲ, ਬੜੇ ਅਨੁਸ਼ਾਸਨ ਦੇ ਨਾਲ ਚੱਲਦੀ ਹੈ, ਜਿੱਦਾਂ ਵੀ ਆਰਮੀ ਦੀ ਇੱਕ ਫੌਜ ਦੀ ਟੁਕੜੀ ਹੋਵੇ। ਸੋ ਹੋਲਾ ਮੁਹੱਲਾ ਦਾ ਅਰਥ ਇਹ ਹੈਗਾ ਵੀ ਤੁਸੀਂ ਡਿਸਿਪਲਿਨ ਦੇ ਵਿੱਚ, ਤੁਸੀਂ ਅਨੁਸ਼ਾਸਨ ਦੇ ਵਿੱਚ, ਤੁਸੀਂ ਉਹ ਕੰਮ ਕਰਨੇ ਆ ਜਿਹਦੇ ਨਾਲ ਅੰਦਰੋਂ ਤੁਹਾਡੇ ਕਾਮ, ਕ੍ਰੋਧ, ਲੋਭ, ਮੋਹ ਔਰ ਅਹੰਕਾਰ ਦੇ ਨਾਲ ਲੜਾਈ ਹੋਏ, ਔਰ ਬਾਹਰ ਜਿਹੜਾ ਜ਼ੁਲਮ ਕਰ ਰਿਹਾ ਇਨਸਾਨ ਉਹਦੇ ਨਾਲ ਵੀ ਤੁਹਾਡੀ ਕਪੈਸਿਟੀ ਹੋਏ ਲੜਨ ਦੀ। ਹੁਣ ਤੁਸੀਂ ਦੇਖੋ ਹੋਲਾ ਮੁਹੱਲਾ ਮਾਰਚ 'ਚ ਹੁੰਦਾ, ਔਰ ਜਿਹੜੇ ਖਾਲਸਾ ਜਾਂ ਸਾਜਨਾ ਦਿਵਸ ਹੈਗਾ ਵਿਸਾਖੀ ਆ, ਉਹ ਹੁੰਦੀ ਅਪ੍ਰੈਲ 'ਚ। ਸੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜਾ ਸਦੀਆਂ ਤੋਂ ਟ੍ਰੈਡੀਸ਼ਨ ਚੱਲ ਰਿਹਾ ਸੀ ਹੋਲੀ ਦਾ, ਹੋਲੀ ਦੇਖੋ ਇੱਕ ਪੁਰਾਤਨ ਫੈਸਟੀਵਲ ਹੈਗਾ, ਇੱਕ ਪੁਰਾਤਨ ਤਿਉਹਾਰ ਹੈਗਾ ਜਿਹਨੂੰ ਗ੍ਰੇਟਰ ਇੰਡੀਆ 'ਚ ਬੜੇ ਧੂਮਧਾਮ ਦੇ ਨਾਲ ਮਨਾਇਆ ਜਾਂਦਾ। ਹੋਲੀ ਦਾ ਜਿਹੜਾ ਓਰੀਜਨੇਸ਼ਨ ਹੁੰਦਾ ਉਹਦੇ ਵਿੱਚ ਗੁਰਬਾਣੀ ਵੀ ਦੱਸਦੀ ਹੈ। ਜਦੋਂ ਅਸੀਂ ਆਸਾ ਕੀ ਵਾਰ ਪੜ੍ਹਦੇ ਹਾਂ, ਹਰ ਯੁੱਗ ਯੁੱਗ ਭਗਤ ਉਪਾਇਆ ਪੈਜਰਾ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਸੋ ਜਿਹੜਾ ਹਰਨਾਕਸ਼ ਆ ਔਰ ਪ੍ਰਹਿਲਾਦ ਆ, ਉਹਦੀ ਜਿਹੜੀ ਕਸ਼ਮਕਸ਼ ਆ, ਉਹਦੇ ਵਿੱਚ ਹੋਲੀ ਦਾ ਵੀ ਓਰੀਜਨ ਹੁੰਦਾ। ਹਰਨਾਕਸ਼ ਇੱਕ ਉਹੋ ਜਿਹਾ ਰਾਜਾ ਸੀ ਜਿਸ ਨੇ ਭਗਤੀ ਕਰਕੇ ਬੜੇ ਵਰਦਾਨ ਲਿੱਤੇ ਸੀ, ਵੀ ਨਾ ਉਹ ਦਿਨੇ ਮਰੇ ਨਾ ਰਾਤ ਮਰੇ, ਨਾ ਘਰ ਦੇ ਅੰਦਰ ਮਰੇ ਨਾ ਬਾਹਰ ਮਰੇ, ਨਾ ਉਹ ਸਪੇਸ 'ਤੇ ਮਰੇ ਨਾ ਉਹ ਧਰਤੀ 'ਤੇ ਮਰੇ, ਨਾ ਉਹ ਜਾਨਵਰ ਦੇ ਨਾਲ ਮਰੇ ਨਾ ਉਹ ਇਨਸਾਨ ਦੇ ਨਾਲ ਮਰੇ, ਔਰ ਬੜਾ ਤਸ਼ੱਦਦ ਕਰਨ ਲੱਗ ਪਿਆ ਸੀ। ਉਸਦੇ ਘਰ ਗੁਰੂ ਮਹਾਰਾਜ ਨੇ, ਪਰਮਾਤਮਾ ਨੇ ਭਗਤ ਪ੍ਰਹਿਲਾਦ ਦਾ ਜਨਮ ਦਿੱਤਾ, ਔਰ ਪ੍ਰਹਿਲਾਦ ਕਹਿੰਦਾ ਵੀ ਮੈਂ ਹਰਨਾਕਸ਼ ਨਹੀਂ ਕਹਿਣਾ। ਭਾਵੇਂ ਸਕੂਲਾਂ ਦੇ ਵਿੱਚ ਉਹ ਡਿਟਰਮਿੰਡ ਸੀ ਵੀ ਹਰਨਾਕਸ਼ 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 ਹੀ ਬੋਲੋ, ਉਹ ਕਹਿੰਦੇ ਮੇਰੇ ਪਟੀਆ ਲਿਖ ਦਿਓ ਸ਼੍ਰੀ ਗੋਪਾਲ। ਸੋ ਉਹਦੇ ਵਿੱਚ ਜਿਹੜੇ ਹਰਨਾਕਸ਼ ਦੀ ਭੈਣ ਸੀ ਉਹਦਾ ਨਾਂ ਸੀ ਹੋਲੀਕਾ। ਹੋਲੀਕਾ ਨੇ ਇੱਕ ਵਰਦਾਨ ਲਿੱਤਾ ਸੀ ਵੀ ਉਹਦੇ ਕੋਲ ਇੱਕ ਚਾਦਰ ਜਾਂ ਕੰਬਲ ਇੱਕ ਸ਼ੋਲ ਸੀ ਵੀ ਅਗਰ ਉਹ ਰੈਪ ਕੀਤਾ ਜਾਏ ਤਾਂ ਅੱਗ ਨਹੀਂ ਉਹਨੂੰ ਲੱਗ ਸਕਦੀ। ਸੋ ਲੱਕੜਾਂ ਨੂੰ ਉਬਾਲਾ ਗਿਆ, ਭੂਆ ਦੇ ਗੋਦੀ 'ਚ ਪ੍ਰਹਿਲਾਦ ਨੂੰ ਬਿਠਾਇਆ ਗਿਆ ਤਾਂ ਕਿ ਉਹਦੀ ਮੌਤ ਹੋ ਜਾਏ, ਲੇਕਿਨ ਪਰਮਾਤਮਾ ਦਾ ਭਾਣਾ ਇੱਦਾਂ ਵਰਤਿਆ ਵੀ ਉਹ ਸ਼ੋਲ ਜਿਹੜਾ ਪ੍ਰਹਿਲਾਦ ਦੇ ਇਰਦ ਗਿਰਦ ਹੋ ਗਿਆ ਔਰ ਹੋਲੀਕਾ ਸੜ ਗਈ। ਸੋ ਇਸ ਲਈ ਹੋਲੀ ਵੀ ਬਾਲੀ ਜਾਂਦੀ ਹੈ। ਮੈਂ ਮਹਾਰਾਸ਼ਟਰ ਨੂੰ ਬਿਲੋਂਗ ਕਰਦਾ, ਉੱਥੇ ਹੋਲੀ ਬਾਲੀ ਜਾਂਦੀ ਹੈ, ਅਤੇ ਉਹ ਹੋਲੀਕਾ ਦੇ ਉੱਤੇ ਪ੍ਰਤੀਕ ਹੈ ਵੀ ਝੂਠ ਹਮੇਸ਼ਾ ਹੀ ਉਹਦਾ ਵਿਨਾਸ਼ ਹੁੰਦਾ ਔਰ ਸੱਚ ਦੀ ਵਿਜੇ ਹੁੰਦੀ ਹੈ। ਸੋ ਹੋਲਾ ਮਹੱਲਾ ਜਿਹੜਾ ਹੈਗਾ, ਹੋਲਗੜ੍ਹ ਜਿਹੜਾ ਸਾਡਾ ਫੋਰਟ ਹੈਗਾ ਅਨੰਦਪੁਰ ਸਾਹਿਬ ਦਾ ਕਿਲ੍ਹਾ, ਉੱਥੋਂ ਓਰੀਜਨੇਟ ਹੋਇਆ, ਔਰ ਗੁਰੂ ਮਹਾਰਾਜ ਨੇ ਸਾਨੂੰ ਸੰਤ ਅਤੇ ਨਾਲ ਸਿਪਾਹੀ ਵੀ ਬਣਾਇਆ। ਤੁਹਾਡੀ ਕਪੈਸਿਟੀ ਹੋਣੀ ਚਾਹੀਦੀ। ਦੇਖੋ ਇਹ ਹੁਣ ਮੈਂ ਮੈਡੀਕਲ ਤੌਰ ਦੇ ਉੱਤੇ ਕਹਿੰਦਾ ਵੀ ਇੱਕ ਸਰਜਨ ਹੈਗਾ, ਉਹਦੇ ਹੱਥ 'ਚ ਸਕਾਲਪਲ ਹੈਗਾ ਜਿੱਦਾਂ ਉਹਨੇ ਸਰੀਰ ਨੂੰ ਕੱਟਣਾ, ਲੇਕਿਨ ਉਹ ਕੱਟ ਕੇ ਕਿਸੇ ਦਾ ਭਲਾ ਕਰ ਰਿਹਾ, ਟਿਊਮਰ ਕੱਢ ਲਿਆ, ਅਪੈਂਡਿਕਸ ਕੱਢ ਰਿਹਾ ਵਗੈਰਾ ਵਗੈਰਾ। ਉਹੀ ਜਿਹੜੀ ਨਾਈਫ ਹੈ ਕਿਸੇ ਦੁਰਾਚਾਰੀ ਜਾਂ ਚੋਰ ਦੇ ਹੱਥ 'ਚ ਹੈ ਤਾਂ ਕਿਸੇ ਦਾ ਗਲਾ ਕੱਟ ਸਕਦੀ ਆ। ਸੋ ਜਿਹੜੀ ਕਿਰਪਾਨ ਦੇ ਪਿੱਛੇ ਜਿਹੜੀ ਧਾਰਨਾ ਹੈਗੀ ਆ ਕਿਰਪਾ ਕਰਨ ਦੀ, ਉਹ ਵੀ ਇੰਪੋਰਟੈਂਟ ਹੈਗੀ ਆ ਵੀ ਉਹਨੂੰ ਵਰਤੋਂ 'ਚ ਕਿੱਦਾਂ ਲੈ ਕੇ ਆਉਣਾ। ਸੋ ਇਸ ਲਈ ਸ਼ਸਤਰ ਅਤੇ ਸ਼ਾਸਤਰ ਇਹ ਦੋਵਾਂ ਦਾ ਮੇਲ ਜਿਹੜਾ ਹੈਗਾ ਗੁਰਬਾਣੀ 'ਚ ਤੁਹਾਨੂੰ ਮਿਲੂਗਾ। ਦਸਮ ਪਿਤਾ ਨੇ ਸਾਨੂੰ ਬਖਸ਼ਿਸ਼ ਕੀਤੀ ਆ ਹੋਲੇ ਮਹੱਲੇ ਦੀ, ਔਰ ਜਿਹੜਾ ਪੁਰਾਤਨ ਜਿਹੜਾ ਤਿਉਹਾਰ ਸੀ ਹੋਲੀ ਦਾ, ਉਹਨੂੰ ਰੀਜਵਨੇਟ ਕਰਕੇ ਸਿੱਖਾਂ ਦੇ ਲਈ ਇੱਕ ਮਾਰਸ਼ਲ ਕੌਮ ਜਿਹੜੀ ਤਿਆਰ ਕੀਤੀ। ਇਹਦੇ 'ਚ ਇਹ ਹੈਗਾ ਵੀ ਗੱਤਕੇ ਹੁੰਦੇ ਆ, ਘੋੜ ਸਵਾਰੀਆਂ ਹੁੰਦੀਆਂ, ਨਿਹੰਗ ਜਥੇਬੰਦੀਆਂ ਜਿਹੜੀ ਅਨੰਦਪੁਰ ਸਾਹਿਬ ਦੇ ਵਿੱਚ ਬਹੁਤ ਵੱਡਾ ਮੇਲਾ ਹੁੰਦਾ। ਤੁਹਾਨੂੰ ਹਮੇਸ਼ਾ ਤਿਆਰ ਪਰ ਤਿਆਰ ਰਹਿਣਾ ਚਾਹੀਦਾ, ਕਿਉਂਕਿ ਜਿਹੜੇ ਐਕਸਟਰਨਲ ਫੋਰਸ ਆ ਕਦੋਂ ਵੀ ਚੇਂਜ ਹੋ ਸਕਦੇ ਆ, ਲੇਕਿਨ ਪਹਿਲੋਂ ਇੰਟਰਨਲ ਫੋਰਸ ਤੁਹਾਡੇ ਜਿਹੜੇ ਮੁਕੰਮਲ ਹੋਣੇ ਚਾਹੀਦੇ ਆ, ਜਿਹਦੇ ਵਿੱਚ ਤੁਹਾਨੂੰ ਸੰਤ ਬਿਰਤੀ ਲੱਗਣੀ ਚਾਹੀਦੀ ਆ। ਪਹਿਲੇ ਨੌ ਨਾਨਕ ਨੇ ਤੁਹਾਨੂੰ ਸੰਤ ਬਣਾਇਆ, ਦਸਵਾਂ ਨੇ ਸਿਪਾਹੀ ਬਣਾਇਆ। ਸੋ ਇੰਟਰਨਲ ਜਿਹੜੀ ਤੁਹਾਡੀ ਬਿਲਟ ਹੈਗੀ ਆ ਉਹ ਮੁਕੰਮਲ ਹੋਣੀ ਚਾਹੀਦੀ ਆ। ਹੋਲੇ ਮੁਹੱਲੇ ਦੀ ਤੁਹਾਨੂੰ ਬਹੁਤ ਬਹੁਤ ਵਧਾਈ, ਮਨਾਇਆ ਕਰੋ, ਮਾਰਸ਼ਲ ਆਰਟਸ ਨੂੰ ਸਿੱਖਿਆ ਕਰੋ, ਕਿਉਂਕਿ ਜਿਹੜੀ ਸਾਨੂੰ ਜਿਹੜੇ ਪੰਜ ਕਕਾਰ ਮਹਾਰਾਜ ਨੇ ਬਖਸ਼ੇ ਆ, ਉਹਨਾਂ ਦਾ ਸਾਇੰਟਿਫਿਕ ਬੇਸਿਸ ਵੀ ਹੈਗਾ, ਉਹਨਾਂ ਦਾ ਸਪਿਰਿਚੁਅਲ ਬੇਸਿਸ ਵੀ ਹੈਗਾ,
ਔਰ ਸਾਨੂੰ ਇਹ ਜਾਂਚ ਹੋਣੀ ਚਾਹੀਦੀ ਹੈ, ਸਾਨੂੰ ਇਹ ਨੌਲੇਜ ਹੋਣੀ ਚਾਹੀਦੀ ਹੈ ਵੀ ਉਹਨਾਂ ਦੀ ਵਰਤੋਂ ਕਦੋਂ ਕਰੀਏ। ਹੋਲੀ ਮਹੱਲੇ ਦੇ ਵਿੱਚ ਬੱਚਿਆਂ ਨੂੰ ਵੀ ਦੇਖੋ, ਜਿਹੜਾ ਗੱਤਕਾ ਹੈਗਾ ਇਹ ਬਹੁਤ ਪੁਰਾਣਾ ਆਰਟ ਹੈਗਾ ਔਰ ਇਹਦੇ ਵਿੱਚ ਤੁਸੀਂ ਕਈ ਲੋਕਾਂ ਦੇ ਨਾਲ ਜਿਹੜਾ ਹੈਗਾ ਮੁਕਾਬਲਾ ਕਰ ਸਕਦੇ ਹੋ। ਇਹਦੇ ਵਿੱਚ ਅਸੀਂ ਬੱਚਿਆਂ ਨੂੰ ਹੋਰ ਜਾਣਕਾਰੀ ਦੇਈਏ, ਸਾਡੇ ਗੁਰੂਆਂ ਦੇ ਨਾਲ ਜੋੜੀਏ, ਜਿੱਥੇ ਬਾਣੀ ਦੇ ਨਾਲ ਜੋੜਨਾ ਬਾਣੀ ਦੇ ਨਾਲ ਵੀ ਜੋੜੀਏ ਔਰ ਸੇਵਾ ਸਿਮਰਨ ਪੁੰਨ ਦਾਨ ਵੀ ਕਰੀਏ। ਹੋਲਾ ਮਹੱਲਾ ਦੀ ਤੁਹਾਨੂੰ ਲੱਖ ਲੱਖ ਵਧਾਈ ਹੋਵੇ। ਮੈਂ ਆਸ ਕਰਦਾ ਵੀ ਇਹ ਛੋਟਾ ਜਿਹਾ ਸੈਗਮੈਂਟ ਤੁਹਾਡੇ ਲਈ ਬੜਾ ਮੁਕੰਮਲ ਸ਼ਾਮਿਲ ਹੋਇਆ ਹੋਏਗਾ। ਸੋ ਅਸੀਂ ਬਾਣੀ ਦੀ ਗੱਲ ਕੀਤੀ ਹੈ, ਅਸੀਂ ਪਰਤ ਕੇ ਆ ਕੇ ਪਾਣੀ ਦੀ ਗੱਲ ਕਰਾਂਗੇ। ਜਾਇਓ ਨਾ ਕਿੱਥੇ, ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਡਾਕਟਰ ਭੁਰਜੀ ਸ਼ੋਅ 'ਚ। ਡਾਕਟਰ ਭੁਰਜੀ ਸ਼ੋਅ 'ਚ ਫਿਰ ਤੁਹਾਡਾ ਨਿੱਘਾ ਸਵਾਗਤ ਹੈ। ਅੱਜ ਹੈਲਥ ਸੈਗਮੈਂਟ 'ਚ ਅਸੀਂ ਪਾਣੀ ਦੇ ਬਾਰੇ ਗੱਲ ਕਰਾਂਗੇ। ਦੇਖੋ, ਪਾਣੀ ਬੜਾ ਇੰਪੋਰਟੈਂਟ ਹੈਗਾ ਸਾਡੇ ਸਰੀਰ ਵਾਸਤੇ। ਹੁਣ ਧਰਤੀ ਜਿਹੜੀ ਹੈਗੀ ਆ ਉਹਦੇ ਉੱਤੇ 70% 70% ਪਾਣੀ ਹੈਗਾ। ਜਿਹੜੀ ਸਾਡੀ ਬੋਡੀ ਆ, ਸਰੀਰ ਆ, ਇਹਦੇ ਵਿੱਚ ਵੀ 70% ਪਾਣੀ ਹੈਗਾ। ਸੋ ਸਭ ਤੋਂ ਵੱਡਾ ਕੰਪੋਜੀਸ਼ਨ ਤੁਹਾਡੇ ਸਰੀਰ ਦਾ ਹੈਗਾ ਪਾਣੀ, ਔਰ ਪਾਣੀ ਔਰ ਬਾਣੀ ਦਾ ਜਿਹੜਾ ਸੁਮੇਲ ਆ ਉਹ ਵੀ ਬਰਕਰਾਰ ਹੈਗਾ। ਤੁਸੀਂ ਤਾਂ ਹੀ ਦੇਖੋ ਹਰਿਮੰਦਰ ਸਾਹਿਬ ਦੀ ਜਿਹੜੀ ਉਸਾਰੀ ਹੈ ਉਹਦੇ ਵਿੱਚ ਵੀ ਜਿਹੜਾ ਅੰਮ੍ਰਿਤ ਸਰੋਵਰ ਹੈ ਉਹ ਪਾਣੀ ਦਾ ਸਰੂਪ ਹੈਗਾ, ਔਰ ਜਿੱਥੇ ਆਪਾਂ ਦਰਸ਼ਨੀ ਦੇਵੜੀ ਤੋਂ ਜਾ ਕੇ ਮੱਥਾ ਟੇਕਣਾ ਉਹ ਬਾਣੀ ਦਾ ਸਰੂਪ ਹੈਗਾ। ਸੋ ਸੇਮ ਬੋਡੀ ਦੇ ਵਿੱਚ ਵੀ ਜਿਹੜਾ ਸੈਂਟਰਲ ਇੰਟੀਗ੍ਰੇਟਿਡ ਸਪਿਰਿਚੁਅਲ ਕੋਰ ਹੈਗਾ ਉਹ ਬਾਣੀ ਹੀ ਆ, ਲੇਕਿਨ ਉਹਦੇ ਇਰਦ ਗਿਰਦ ਪਾਣੀ ਆ। ਹੁਣ ਇੱਕ ਕੁਸ਼ਚਨ ਇਹ ਆਉਂਦਾ ਵੀ ਪਾਣੀ ਕਿੰਨਾ ਕੁ ਪੀਣਾ ਚਾਹੀਦਾ। ਹੁਣ ਕਈ ਬਹੁਤ ਪਹਿਲੋਂ ਧਾਰਨਾ ਸੀ ਵੀ ਤੁਸੀਂ 6 ਗਲਾਸ ਪੀਓ, ਕਈ ਕਹਿੰਦੇ ਸੀ 8 ਔਂਸ ਦੇ 8 ਗਲਾਸ ਪੀਓ। ਇਹ ਸਿਰਫ ਧਾਰਨਾ ਸੀ, ਮੈਡੀਕਲ ਸਾਇੰਸ ਨੇ ਇਹ ਸਾਰਾ ਡਿਸਪਰੂਵ ਕਰ ਦਿੱਤਾ। ਮੈਡੀਕਲ ਸਾਇੰਸ ਕਹਿੰਦੀ ਹੈ ਪਾਣੀ ਓਨਾ ਹੀ ਪੀਓ ਜਿੰਨਾ ਤੁਹਾਨੂੰ ਲੋੜ ਹੈਗੀ ਆ। ਅਗਰ ਤੁਸੀਂ ਬਹੁਤ ਐਥਲੈਟਿਕ ਕੰਮ ਕਰ ਰਹੇ ਹੋ, ਪਸੀਨਾ ਜ਼ਿਆਦਾ ਚੋ ਰਿਹਾ, ਤਾਂ ਤੁਹਾਨੂੰ ਜ਼ਿਆਦਾ ਪਾਣੀ ਪੀਣਾ ਪਏਗਾ। ਅਗਰ ਤੁਸੀਂ ਸੈਡੈਂਟਰੀ ਲਾਈਫ ਸਟਾਈਲ 'ਚ ਵੀ ਜਿੱਥੇ ਤੁਹਾਨੂੰ ਪਸੀਨਾ ਨਹੀਂ ਆਉਣਾ, ਤੁਹਾਨੂੰ ਅਗਰ ਪਿਆਸ ਲੱਗਦੀ ਹੈ ਤਾਂ ਓਨਾ ਹੀ ਪਾਣੀ ਪੀਓ, ਕਿਉਂਕਿ ਜਿਹੜੀ ਤੁਹਾਡੀ ਬੋਡੀ ਆ ਇਹ ਸੈਲਫ ਫੰਕਸ਼ਨਿੰਗ ਆਟੋ ਰਿਪੇਅਰ ਯੂਨਿਟ ਹੈਗੀ ਆ। ਹੁਣ ਪਾਣੀ ਘੱਟ ਪੀਏ ਤਾਂ ਵੀ ਪ੍ਰੋਬਲਮ, ਪਾਣੀ ਵੱਧ ਪੀਏ ਉਹਦਾ ਹੋਰ ਜ਼ਿਆਦਾ ਪ੍ਰੋਬਲਮ ਹੁੰਦਾ, ਉਹਨੂੰ ਕਹਿੰਦੇ ਵਾਟਰ ਇੰਟੋਕਸੀਕੇਸ਼ਨ। ਹੁਣ ਜਦੋਂ ਅਸੀਂ ਬਰੀਦ ਕਰਦੇ ਹਾਂ, ਸਾਹ ਲੈਂਦੇ ਹਾਂ, ਸਾਡਾ ਪਾਣੀ ਥੋੜ੍ਹਾ ਵਾਟਰ ਵੇਪਰਸ ਦੇ ਨਾਲ ਸਾਡੇ ਏਅਰ 'ਚ ਜਾਂਦਾ, ਪਸੀਨੇ ਦੇ ਨਾਲ ਸਾਡਾ ਲੋਸ ਹੁੰਦਾ, ਸਾਡਾ ਪਿਸ਼ਾਬ 'ਚ ਲੋਸ ਹੁੰਦਾ। ਸੋ ਓਨਾ ਕੁ ਪਾਣੀ ਤਾਂ ਸਾਨੂੰ ਐਵਰੀਡੇ ਸਾਨੂੰ ਦੁਬਾਰਾ ਪਾਣੀ ਬੋਡੀ 'ਚ ਪਾਉਣਾ ਪੈਂਦਾ। ਹੁਣ ਇਹਦੇ ਵਿੱਚ ਮੈਂ ਕੁਛ ਇੱਕ ਰਿਸਰਚ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜਾ ਸਾਡਾ ਸੈੱਲ ਹੁੰਦਾ ਉਹਦੇ ਅੰਦਰ ਜਿਹੜਾ ਸੋਲਟ ਹੁੰਦਾ, ਮੇਨ ਸੋਲਟ ਹੁੰਦਾ, ਉਹ ਹੁੰਦਾ ਪੋਟੈਸ਼ੀਅਮ। ਉਹਦੀ ਦਰ ਹੁੰਦੀ ਹੈ 3.5 to 5 millimoles per liter। ਲੇਕਿਨ ਸੈੱਲ ਤੋਂ ਬਾਹਰ ਜਿਹੜਾ ਮੇਨ ਸੋਲਟ ਹੁੰਦਾ ਉਹ ਹੁੰਦਾ ਸੋਡੀਅਮ, ਔਰ ਉਹਦੀ ਲੈਵਲ ਹੁੰਦੀ ਹੈ 135 to 145 ਅਮੂਮਨ। ਹੁਣ ਅਗਰ ਆਪਾਂ ਪਾਣੀ ਬਹੁਤ ਜ਼ਿਆਦਾ ਪੀਂਦੇ ਹਾਂ ਤਾਂ ਜਿਹੜਾ ਸੋਡੀਅਮ ਇਹ ਡਾਇਲੂਟ ਹੋਣਾ ਸ਼ੁਰੂ ਹੋ ਜਾਂਦਾ। ਜਿੱਦਾਂ ਸਮਝੋ ਤੁਸੀਂ ਸਕੰਜਵੀ ਬਣਾਈ ਆ, ਉਹ 'ਚ ਲੂਣ ਪਾਇਆ, ਸ਼ੂਗਰ ਪਾਈ ਆ, 1 ਲੀਟਰ ਸੀ, ਹੁਣ ਉਹਦੇ ਵਿੱਚ ਤੁਸੀਂ 9 ਲੀਟਰ ਹੋਰ ਪਾ ਦਿਉ ਤਾਂ ਸਾਰਾ ਟੇਸਟ ਫਿੱਕਾ ਹੋ ਜਾਏਗਾ। ਸੇਮ ਥਿੰਗ, ਅਗਰ ਤੁਸੀਂ ਪਾਣੀ ਹੋਰ ਲਓਗੇ, ਲੋੜ ਨਾਲੋਂ ਜ਼ਿਆਦਾ ਲਓਗੇ, ਜਿਹਨੂੰ ਵਾਟਰ ਇੰਟੋਕਸੀਕੇਸ਼ਨ ਕਹਿੰਦੇ ਆ, ਤਾਂ ਸੋਡੀਅਮ ਦੀ ਦਰ ਥੱਲੇ 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 ਹੁੰਦੀ ਜਾਏਗੀ। ਜਦੋਂ 135 ਤੋਂ ਥੱਲੇ ਗਿਆ ਸੋਡੀਅਮ, ਤਾਂ ਬਾਹਰੋਂ ਦੀ ਪਾਣੀ ਜਿਹੜਾ ਤੁਹਾਡੇ ਸੈੱਲਸ ਦੇ ਵਿੱਚ ਜਾਣਾ ਸ਼ੁਰੂ ਕਰੇਗਾ। ਚਲੋ ਮਸਲ ਸੈੱਲਸ ਠੀਕ ਆ, ਦੂਜੇ ਸੈੱਲ ਠੀਕ ਆ, ਲੇਕਿਨ ਸਾਡਾ ਜਿਹੜਾ ਬ੍ਰੇਨ ਦੇ ਜਿਹੜੇ ਸੈੱਲਸ ਹੈ ਜਿਹਨੂੰ ਨਿਊਰੋਨ ਕਹਿੰਦੇ ਆ, ਉਹਦੇ 'ਚ ਪਾਣੀ ਜਾਈਏ ਅਤੇ ਬ੍ਰੇਨ ਦੇ ਜਿਹੜੇ ਸੈੱਲਸ ਸੁੱਜਣੇ ਸ਼ੁਰੂ ਹੁੰਦੇ ਆ, ਉਹਦੇ ਕਰਕੇ ਤੁਹਾਡੀ ਕਲੈਰਿਟੀ, ਤੁਹਾਡੇ ਥੋਟਸ, ਤੁਹਾਡੇ ਪਰਸੈਪਸ਼ਨਸ ਘਟਣੇ ਸ਼ੁਰੂ ਹੋ ਜਾਂਦੇ ਆ, ਜਜਮੈਂਟ ਪੂਅਰ ਹੋਣੀ ਸ਼ੁਰੂ ਹੋ ਜਾਂਦੀ ਆ, ਕਈ ਵਾਰ ਹੈਡੇਕ ਹੁੰਦੀ ਆ, ਕਈ ਵਾਰ ਉਲਟੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ, ਔਰ ਰੇਅਰ ਕੇਸ 'ਚ ਸਵੈਲਿੰਗ ਇੰਨੀ ਜ਼ਿਆਦਾ ਹੋ ਸਕਦੀ ਆ ਵੀ ਤੁਹਾਡੇ ਮਤਲਬ ਹੋਸਪਿਟਲ ਜਾਣ ਦੀ ਨੌਬਤ ਪੈ ਸਕਦੀ ਆ। ਜਿਹੜਾ ਬੋਸਟਨ ਦਾ ਜਿਹੜਾ ਮੈਰਾਥੋਨ ਹੁੰਦਾ ਜਿੱਥੇ ਲੋਕ ਦੌੜਦੇ, ਵਰਲਡ ਦਾ ਸਭ ਤੋਂ ਵੱਡਾ ਮੈਰਾਥੋਨ ਕਹਿ ਸਕਦੇ ਹਾਂ, ਔਰ ਉਹਦੇ ਪਿੱਛੇ ਬਹੁਤ ਵੱਡਾ ਇਤਿਹਾਸ ਹੈਗਾ, ਉਹ ਮੈਂ ਸ਼ੇਅਰ ਨਹੀਂ ਕਰਨਾ। ਲੇਕਿਨ ਉਹਦੇ ਜਦੋਂ ਜਿਹੜੇ ਪਾਰਟੀਸਪੈਂਟ ਹੈਗੇ ਆ, ਅਸੀਂ ਸਾਇੰਟਿਫਿਕ ਰਿਸਰਚ ਦੀ ਮੈਂ ਗੱਲ ਕਰ ਰਿਹਾ, 13% ਲੋਕ ਆ ਉਹ ਜ਼ਿਆਦਾ ਲੋੜ ਨਾਲੋਂ ਪਾਣੀ ਪੀ ਲੈਂਦੇ ਆ, ਵੀ ਉਹਨਾਂ ਦਾ ਸੋਡੀਅਮ ਲੈਵਲ 135 ਤੋਂ ਥੱਲੇ ਚਲਾ ਗਿਆ। ਦੇਖੋ ਇਹ ਬੋਸਟਨ ਮੈਰਾਥੋਨ ਇੱਕ ਮੈਰਾਥੋਨ ਹੈ ਜਿੱਥੇ ਲੱਖਾਂ ਲੋਕ ਪਾਰਟੀਸਪੇਟ ਕਰਦੇ ਆ, ਔਰ 0.6% ਲੋਕ ਉਹ ਸੀ ਵੀ ਜਿਨ੍ਹਾਂ ਦਾ ਸੋਡੀਅਮ ਲੈਵਲ ਲੀਥਲ ਲੈਵਲ 'ਚ ਚਲਾ ਗਿਆ, ਔਰ ਕੁਛ ਇੱਕ ਦੀ ਡੈਥ ਤੱਕ ਵੀ ਰਿਪੋਰਟਡ ਹੋਏ ਬਿਕੋਜ ਆਫ ਵਾਟਰ ਇੰਟੋਕਸੀਕੇਸ਼ਨ। ਹੁਣ ਵਰਲਡ ਵਾਰ ਦੇ ਟਾਈਮ ਜਿਹੜੇ ਸੋਲਜਰਸ ਹੈਗੇ, ਕਈ ਵਾਰ ਬਹੁਤ ਜ਼ਿਆਦਾ ਉਹ ਮਿਹਨਤ ਕਰਦੇ ਆ, ਉਹਨਾਂ ਨੂੰ ਪਾਣੀ ਨਹੀਂ ਲੱਭਦਾ, ਕਈ ਵਾਰ ਜਦੋਂ ਪਾਣੀ ਲੱਭਦਾ ਤਾਂ ਇਮੀਡੀਏਟਲੀ ਗੈਲਨਸ ਐਂਡ ਗੈਲਨਸ ਆਫ ਪਾਣੀ ਪੀਣਾ ਸ਼ੁਰੂ ਕਰ ਦਿੰਦੇ ਆ। ਜਦੋਂ ਤੁਸੀਂ ਬਹੁਤ ਜ਼ਿਆਦਾ ਪਾਣੀ ਪੀਂਦੇ ਹੋ ਬਹੁਤ ਛੇਤੀ, ਅਤੇ ਸੋਡੀਅਮ ਜਿਹੜਾ ਹੈਗਾ ਡਾਇਲੂਟ ਹੋ ਜਾਂਦਾ, ਬੋਡੀ ਨੂੰ ਇੰਨਾ ਟਾਈਮ ਨਹੀਂ ਹੁੰਦਾ ਐਡਜਸਟ ਕਰਨ ਵਾਸਤੇ। ਜਿੱਦਾਂ ਮੈਂ ਪਹਿਲਾਂ ਜ਼ਿਕਰ ਕੀਤਾ ਸੀ, ਸਾਡੀ 2 ਕਿਡਨੀਆਂ ਹੈਗੀਆਂ, ਉਸ ਤੋਂ ਜਿਹੜਾ ਪਿਸ਼ਾਬ ਜਿਹੜਾ ਬਣਦਾ ਉਹ
24 ਘੰਟੇ ਬਣੂਗਾ, ਸੌਣ ਦੇ ਟਾਈਮ ਵੀ, ਦਿਨ ਦੇ ਟਾਈਮ ਵੀ। ਲੇਕਿਨ ਕਿਡਨੀਆਂ ਜਿਹੜੀਆਂ ਹੈਗੀਆਂ 0.88 ਤੋਂ 1 ਲੀਟਰ ਤੋਂ ਜ਼ਿਆਦਾ ਪਿਸ਼ਾਬ ਪ੍ਰੋਡਿਊਸ ਨਹੀਂ ਕਰ ਸਕਦੀਆਂ। ਅਗਰ ਤੁਸੀਂ ਰੈਪਿਡਲੀ 3-4 ਗੈਲਨ ਪਾਣੀ ਪੀ ਲਿਆ 10-15 ਲੀਟਰ, ਕਿਡਨੀਆਂ ਨੇ ਤਾਂ ਉਹ 0.8-1 ਲੀਟਰ ਪਰ ਆਵਰ ਦੀ ਸਪੀਡ ਦੇ ਨਾਲ ਹੀ ਉਹਨੂੰ ਐਕਸਕ੍ਰੀਟ ਕਰਨਾ। ਬਾਕੀ ਦਾ ਪਾਣੀ ਜਿਹੜਾ ਹੈਗਾ ਤੁਹਾਡਾ ਸੋਡੀਅਮ ਡਾਇਲੂਟ ਕਰੂਗਾ। ਇਸ ਲਈ ਕਾਫੀ ਸੋਲਜਰਸ ਜਿਹੜੇ ਹੈਗੇ ਆ ਓਵਰ ਹਾਈਡਰੇਟ ਹੋ ਕੇ ਵੀ ਉਹ ਬੋਂਦਲ ਜਾਂਦੇ ਆ, ਦੇ ਡੂ ਆਲ ਕਾਇੰਡਸ ਆਫ ਸਿਲੀ ਥਿੰਗ। ਦੂਜਾ ਹੁੰਦਾ ਕੰਡੀਸ਼ਨ ਨੂੰ ਕਹਿੰਦੇ ਸਾਈਕੋਜੈਨਿਕ ਪੋਲੀਡਿਪਸੀਆ, ਵੀ ਮਾਨਸਿਕ ਤੌਰ 'ਤੇ ਮੈਂਟਲੀ ਡਿਸਟਰਬ ਪੜਦਾ, ਉਹਨੂੰ ਪਤਾ ਨਹੀਂ ਹੁੰਦਾ ਉਹ ਪੀ ਜਾਊਗਾ ਪਾਣੀ। ਔਰ ਸਕਾਈਟ੍ਰਿਕ ਡੈਥ ਦੇ ਵਿੱਚ ਅਗਰ ਯੰਗ ਏਜ 'ਚ ਦੇਖੀਏ, ਇੱਕ ਬਹੁਤ ਵੱਡਾ ਕਾਰਨ ਇਹ ਵੀ 25% ਲੋਕਾਂ ਦੇ ਵਿੱਚ ਪਾਇਆ ਗਿਆ ਜਿਨ੍ਹਾਂ ਨੂੰ ਸਕਿਜ਼ੋਫਰੇਨੀਆ ਜਾਂ ਹੋਰ ਮੈਂਟਲ ਹੈਲਥ ਪ੍ਰੋਬਲਮ ਹੈ। ਸੋ ਕੁਸ਼ਚਨ ਇਹ ਅਰਾਈਜ਼ ਹੁੰਦਾ ਫਿਰ ਪਾਣੀ ਪੀਏ ਕਿੰਨਾ ਪੀਏ? ਦੇਖੋ ਜਿੰਨੀ ਤੁਹਾਨੂੰ ਲੋੜ ਹੈਗੀ ਆ ਓਨਾ ਪੀਓ। ਦੂਜਾ, ਪਰਮਾਤਮਾ ਨੇ ਤੁਹਾਨੂੰ ਅੱਖਾਂ ਬਖਸ਼ੀਆਂ ਨਾ, ਤੁਸੀਂ ਅਗਰ ਟੋਇਲਟ 'ਚ ਦੇਖੋਗੇ ਅਗਰ ਇੱਕਦਮ ਲਾਈਟ ਯੈਲੋ ਕਰਨ ਪਿਸ਼ਾਬ ਹੈਗਾ, ਦੈਟ ਮੀਨਸ ਤੁਹਾਡੀ ਬੋਡੀ ਐਡੀਕੁਏਟਲੀ ਹਾਈਡਰੇਟਡ ਆ। ਅਗਰ ਤੁਹਾਡਾ ਪਿਸ਼ਾਬ ਬਿਲਕੁਲ ਕਲੀਅਰ ਆ, ਦੈਟ ਮੀਨਸ ਤੁਸੀਂ ਥੋੜ੍ਹਾ ਬਹੁਤ ਓਵਰ ਹਾਈਡਰੇਟ ਕਰ ਲਿੱਤੀ ਹੈ। ਸੋ ਲਾਈਟ ਯੈਲੋ ਪਿਸ਼ਾਬ ਜਿਹੜਾ ਹੈਗਾ ਉਹ ਹੈਲਥ ਦਾ ਪ੍ਰਤੀਕ ਆ, ਵੀ ਜਿੰਨਾ ਕੁ ਪਾਣੀ ਚਾਹੀਦਾ ਸੀ ਤੁਹਾਡੀ ਬੋਡੀ ਨੂੰ ਓਨਾ ਕੁ ਪਾਣੀ ਹੈਗਾ। ਔਰ ਸਿਰਫ ਕਿਡਨੀਆਂ ਯੂਰੋਕ੍ਰੋਮ ਜਿਹੜਾ ਹੈਗਾ ਇੱਕ ਕੈਮੀਕਲ ਹੁੰਦਾ ਉਹਦੇ ਕਰਕੇ ਯੈਲੋ ਯੂਰਿਨ ਬਣਦਾ, ਉਹ ਮਤਲਬ ਐਕਸਕ੍ਰੀਟ ਕਰ ਰਹੀ ਹੈ। ਅਗਰ ਪਿਸ਼ਾਬ ਦੇ ਵਿੱਚ ਤੁਹਾਡਾ ਬਰਾਊਨ ਕਲਰ ਆਉਂਦਾ, ਬਲੱਡ ਆਉਂਦਾ ਜਾਂ ਹੋਰ ਪ੍ਰੋਬਲਮ, ਆਫਕੋਰਸ ਤੁਹਾਨੂੰ ਆਪਣੇ ਡਾਕਟਰ ਦੇ ਨਾਲ ਗੱਲ ਕਰਨੀ ਪੈ ਸਕਦੀ ਹੈ, ਉਹ ਦੂਜਾ ਕਾਰਨ ਹੁੰਦਾ। ਸੋ ਦੇਖੋ ਪਾਣੀ ਇੰਟੀਗਰਲ ਪਾਰਟ ਹੈਗਾ, ਸਾਨੂੰ ਰੋਜ਼ ਲੈਣਾ ਪੈਣਾ, ਲੇਕਿਨ ਆਪਾਂ ਓਵਰ ਇੰਡਲਜ ਨਾ ਕਰੀਏ। ਅਸੀਂ ਅਗਰ ਸਮਝੋ ਦੌੜਦੇ ਹਾਂ, ਭੱਜਦੇ ਹਾਂ, ਕਲਾਈਮੇਟ ਇੱਕਦਮ ਹੌਟ ਹੈਗਾ ਜਾਂ ਕੋਈ ਪ੍ਰੈਗਨੈਂਟ ਹੈਗੀ ਔਰਤ, ਤਾਂ ਉਹਨੂੰ ਥੋੜ੍ਹਾ ਪਾਣੀ ਦੀ ਲੋੜ ਜ਼ਿਆਦਾ ਪੈ ਸਕਦੀ ਹੈ। ਲੇਕਿਨ ਤੁਹਾਡੇ ਬ੍ਰੇਨ ਦੇ ਵਿੱਚ, ਤੁਹਾਡੇ ਮਨ ਦੇ ਵਿੱਚ ਸਾਰੀ ਜਗ੍ਹਾ ਪਰਮਾਤਮਾ ਨੇ ਸੈਂਸਰਸ ਲਾਏ ਆ ਜਿਹਦੇ ਨਾਲ ਤੁਹਾਨੂੰ ਪਿਆਸ ਆਪ ਲੱਗੂਗੀ। ਸੋ ਪਿਆਸ ਲੱਗਦੀ ਆ ਤਾਂ ਪਾਣੀ ਪੀਣਾ ਚਾਹੀਦਾ, ਭੁੱਖ ਦੀ ਇੱਛਾ ਹੁੰਦੀ ਹੈ ਅਤੇ ਖਾਣਾ ਖਾਣਾ ਚਾਹੀਦਾ। ਸੋ ਇਹੀ ਮੈਂ ਆਸ ਕਰਦਾ ਵੀ ਜਿਹੜਾ ਪਾਣੀ ਦਾ ਸੈਗਮੈਂਟ ਹੈ ਤੁਹਾਡੇ ਲਈ ਲਾਭਦਾਇਕ ਹੋਊਗਾ। ਸੋ ਅਸੀਂ ਫਿਰ ਪਰਤ ਕੇ ਆਵਾਂਗੇ ਇੱਕ ਬੜੇ ਹੀ ਪਿਆਰੇ ਇੰਟਰਵਿਊ ਜਿਹਦੇ ਵਿੱਚ ਅਸੀਂ ਖਾਣੇ ਦੀ ਗੱਲ ਕਰਾਂਗੇ। ਅਸੀਂ ਬਾਣੀ ਦੀ ਗੱਲ ਕੀਤੀ, ਹੁਣ ਪਾਣੀ ਦੀ ਗੱਲ ਕੀਤੀ, ਫਿਰ ਖਾਣੇ ਦੀ ਗੱਲ ਹੋਏਗੀ। ਜਾਇਓ ਨਾ ਕਿੱਥੇ, ਥੋੜ੍ਹੀ ਜਿਹੀ ਮਸ਼ਹੂਰੀਆਂ ਤੋਂ ਬਾਅਦ ਫਿਰ ਪਰਤ ਕੇ ਆਉਂਦੇ ਹਾਂ ਡਾਕਟਰ ਭੁਰਜੀ ਸ਼ੋਅ 'ਚ। ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਨਿੱਘਾ ਸਵਾਗਤ ਹੈ ਡਾਕਟਰ ਭੁਰਜੀ ਸ਼ੋਅ 'ਚ। ਜਿੱਦਾਂ ਮੈਂ ਜ਼ਿਕਰ ਕੀਤਾ ਸੀ ਸਟਾਰਟਿੰਗ 'ਚ ਵੀ ਅੱਜ ਅਸੀਂ ਗੱਲ ਕਰਾਂਗੇ ਬਾਣੀ ਦੀ, ਫਿਰ ਪਾਣੀ ਦੀ ਅਤੇ ਫਿਰ ਖਾਣੇ ਦੀ। ਸੋ ਖਾਣੇ ਦੇ ਬਹੁਤ ਹੀ ਬੁਲੰਦ ਔਰ ਕਾਮਯਾਬ ਇੱਕ ਫੂਡ ਜਿਵੇਂ ਵੀ ਕਹਿ ਲਓ ਬਿਜ਼ਨਸ ਹੈਗਾ ਸਾਡੇ ਸਰੀ ਦੇ ਵਿੱਚ, ਜਿਹੜਾ ਪੂਰੇ ਕੈਨੇਡਾ ਔਰ ਅਮੈਰੀਕਾ ਦੇ ਵਿੱਚ ਵੀ ਜਾ ਰਿਹਾ, ਉਸਦਾ ਨਾਂ ਹੈਗਾ ਵਿਰਕਾ ਫੂਡਸ। ਤੁਸੀਂ ਸਾਰਿਆਂ ਨੇ ਨਾਂ ਤਾਂ ਸੁਣਿਆ ਹੋਣਾ, ਉਹਨਾਂ ਦੇ ਪ੍ਰੋਡਕਟਸ ਮਾਰਕੀਟਸ 'ਚ ਹੈਗੇ ਆ, ਆਪਣੇ ਐਥਨਿਕ ਸਟੋਰਸ 'ਚ ਵੀ ਹੈਗੇ ਆ, ਗੋਰਿਆਂ ਦੇ ਸਟੋਰਸ 'ਚ ਵੀ ਹੈਗੇ ਆ। ਸੋ ਸਾਡੇ ਸਟੂਡੀਓ 'ਚ ਕਾਫੀ ਰੋਸ਼ਨੀ ਹੈਗੀ ਹੈ, ਲੇਕਿਨ ਇਹ ਬਹੁਤ ਰੋਸ਼ਨ ਨੁਮਾ ਕਪਲ ਹੈਗਾ ਜਿਨ੍ਹਾਂ ਦੇ ਨਾਲ ਮੈਂ ਤੁਹਾਡਾ ਤਾਰੁਫ ਕਰਾ ਰਿਹਾ। ਮੇਰੀ ਮੁਰਾਦ ਹੈਗੀ ਆ ਗਗਨ ਜੀ ਅਤੇ ਮੋਨਾ ਜੀ, ਤੁਹਾਡਾ ਨਿੱਘਾ ਸਵਾਗਤ ਹੈ ਸਟੂਡੀਓ 'ਚ ਅੱਜ। ਕਰਨਾਲ ਤੋਂ ਬਿਲੋਂਗ ਕਰਦੇ ਹੋ ਤੇ ਇੱਥੇ ਆ ਕੇ ਜਿੱਦਾਂ ਕਰੀਬਨ ਹੁਣ ਤੁਹਾਨੂੰ ਹੋ ਗਏ ਕੁਛ 18-20 ਸਾਲ ਹੋ ਗਏ ਇਸ ਬਿਜ਼ਨਸ 'ਚ, ਸੋ ਇਹ ਸਾਰਾ ਕੁਛ ਕਿੱਦਾਂ ਹੋਇਆ? ਸ਼ੁਰੂ 'ਚ ਇੰਡੀਆ ਤੋਂ ਜਦੋਂ ਮੂਵ ਹੋਏ, actually that time was 1996 early age ji, I was early 20s shuru jivein na, haan ji, te us vele koi plan nahi si ho ja ki main ja ke utthe permanent move hona hai ya kuch hona hai, just wanted to explore ji. Te good part is fortunately sada mera jada background hai, we are from business family, haan ji, te india sada family business hai chalda pya si udon jadon main I joined that business which my father started it, haan ji. ਅਤੇ ਉਹਦਾ ਐਕਸਪੀਰੀਅੰਸ ਜਿਹੜਾ ਨਾ ਉਹਨੇ ਮੈਨੂੰ ਬੜੀ ਹੈਲਪ ਕੀਤੀ ਇੱਥੇ ਮੂਵ ਹੋ ਕੇ ਸੈਟਲ ਹੋਣ ਦੀ। ਸੋ ਦੈਟ ਵਾਜ਼ ਅ ਟਾਈਮ ਇਨ 1996 ਮੈਂ ਇੱਥੇ ਆਇਆ, ਅਤੇ ਆਇਆ ਤੁਹਾਨੂੰ ਪਤਾ ਇੰਡੀਆ ਦਾ ਕਿਵੇਂ ਪਾਪੂਲੇਸ਼ਨ ਕਿੰਨੀ ਹੈ, ਕੀ ਸਿਸਟਮ ਹੈ, ਰੋਜ਼ ਤੁਸੀਂ ਮੁਲਾਕਾਤ ਸੈਂਕੜੋ ਲੋਕਾਂ ਨੂੰ ਮਿਲਣਾ। ਇੱਥੇ ਜਦੋਂ ਆਇਆ ਅਤੇ 1996 'ਚ ਪਹਿਲੇ ਤਾਂ ਆ ਕੇ ਤਾਂ ਸੋਹਣਾ ਤਾਂ ਬੜਾ ਲੱਗਾ, ਲੇਕਿਨ ਨਜ਼ਰ ਕੋਈ ਨਹੀਂ ਆਇਆ, ਐਵੇਂ ਲੱਗੇ ਬਾਇਨੋਕਲਰ ਲੈ ਕੇ ਬੰਦੇ ਲੱਭੋ ਕੋਈ ਇੱਥੇ ਹੈ, ਕੋਈ ਰਹਿੰਦਾ ਪਿਆ ਕਿ ਨਹੀਂ ਰਹਿੰਦਾ ਪਿਆ। ਸੋ ਇਟ ਵਾਜ਼ ਵੈਰੀ ਵੈਰੀ ਹਾਰਡ ਦੈਟ ਟਾਈਮ ਕਿ ਤੁਸੀਂ ਕਿਹਨੂੰ ਮਿਲੋ, ਕਿਹਦੇ ਨਾਲ ਗੱਲ ਕਰੋ, ਯੂ ਫੀਲ ਵੈਰੀ ਲੋਨਲੀ ਇਨੀਸ਼ੀਅਲੀ। ਫਿਰ ਆਈ ਫੋਕਸ ਮਾਈ ਸੈਲਫ ਇਨ ਟੂ ਬਿਜ਼ਨਸ, ਮੈਂ ਕਿਹਾ ਚਲੋ ਬੀਇੰਗ ਅ ਬਿਜ਼ਨਸ ਫਰੋਮ ਬੈਕਗਰਾਊਂਡ ਫਰੋਮ ਬਿਜ਼ਨਸ ਫੈਮਲੀ, ਅਤੇ ਮੇਰਾ ਦਿਲ ਕੀਤਾ ਕਿ ਹੁਣ ਲੈਟਸ ਐਕਸਪਲੋਰ ਕਿ ਅੰਦਰ ਬਿਜ਼ਨਸ ਕਿਵੇਂ ਕਰ ਸਕਦੇ ਹਾਂ, ਕੀ ਕਰੀਏ। ਸੋ ਉਹਦੇ ਲਈ ਥੋੜ੍ਹਾ ਜਿਹਾ ਟਾਈਮ ਡੈਫੀਨੇਟਲੀ ਲੱਗਾ, ਮੈਨੂੰ ਸਮਝਦੇ ਇਸ ਦੀ ਮਾਰਕੀਟ ਨੂੰ ਸਮਝਦੇ,
ਲੋਕਾਂ ਨੂੰ ਸਮਝਦੇ ਕਿ ਇੱਥੇ ਕੀ ਚਾਹੀਦਾ ਹੈ, ਲੋਕਾਂ ਦੀ ਕੀ ਡਿਮਾਂਡ ਹੈ, ਲੋਕ ਕੀ ਇੱਥੇ ਐਕਸਪੈਕਟ ਕਰਦੇ ਨੇ। ਜੀ ਸੋ ਉਹ ਜਿਹੜਾ ਕਹਿ ਲਓ ਬ੍ਰਿਜ ਹੈ ਨਾ, ਉਹਨੂੰ ਬ੍ਰਿਜ ਨੂੰ ਕਰਦੇ ਕਰਦੇ ਇਟ ਟੁੱਕ ਮੀ ਈਅਰ ਔਰ ਸੋ ਟੂ ਅੰਡਰਸਟੈਂਡ। ਹਾਂਜੀ। ਅਤੇ ਉਸ ਤੋਂ ਬਾਅਦ ਸਾਲ ਬਾਅਦ ਮੈਂ ਪਲਾਨ ਕਰਕੇ, ਪਹਿਲੇ ਆਈ ਸਟਾਰਟਿਡ ਡਿਫਰੈਂਟ ਡਿਫਰੈਂਟ ਬਿਜ਼ਨਸਿਸ, ਅਤੇ ਦੈਨ ਆਈ ਐਂਡ ਅਪ ਗੈਟਿੰਗ ਇਨ ਟੂ ਫੂਡ ਬਿਜ਼ਨਸ ਵਿਚ ਵਾਜ ਇਨ ਈਅਰ 1997। ਸੋ ਕਰੀਬਨ ਹੁਣ 20 ਸਾਲ ਲਗਭਗ ਹੋ ਗਏ। ਸੋ ਕਿੱਦਾਂ ਤੁਹਾਡਾ ਮਤਲਬ ਪ੍ਰੋਸੈਸ ਜਾਂ ਯਾਤਰਾ ਰਹੀ ਹੈ? ਕਾਫੀ ਖੁਸ਼ ਹੋ, ਬਿਜ਼ੀ ਹੋ ਗਏ ਹੋ, ਬਹੁਤ ਵੱਡੇ ਸਕੇਲ 'ਤੇ ਹੁਣ ਜਾ ਰਹੇ ਹੋ ਤੁਸੀਂ? ਵੇਰਕਾ ਐਕਚੁਅਲੀ ਵੇਰਕਾ ਬ੍ਰਾਂਡ ਜਿਹੜਾ ਅਸੀਂ ਸਟਾਰਟ ਕੀਤਾ ਸੀ ਉਹ ਕਿੱਥੇ 2004 ਵਿੱਚ। ਉਸ ਤੋਂ ਪਹਿਲੇ 5 ਸਾਲ ਇਸ ਫੂਡ ਦੇ ਬਿਜ਼ਨਸ ਅੰਦਰ ਡੈਫੀਨੇਟਲੀ ਮੈਂ ਆਈ ਸਟਾਰਟਿਡ ਬ੍ਰਿੰਗਿੰਗ ਲੋਟ ਆਫ ਡਿਫਰੈਂਟ ਡਿਫਰੈਂਟ ਯੂਨੀਕ ਪ੍ਰੋਡਕਟਸ ਜੀ, ਕਿ ਲੋਕਾਂ ਨੂੰ ਇੱਥੇ ਜੋ ਜਿਹਦੀ ਚਾਹ ਹੁੰਦੀ ਸੀ ਇੱਥੇ ਰਹਿਣ ਦੇ, ਕਿ ਉਹ ਜਾਣਾ ਆਉਣਾ ਇੰਡੀਆ ਵਾਜ਼ ਨੋਟ ਦੈਟ ਈਜ਼ੀ ਬੈਕ ਇਨ 90s ਐਂਡ ਆਲ। ਉਹ ਲੋਕ ਚਾਹੁੰਦੇ ਸੀ ਸਾਨੂੰ ਜੋ ਅਸੀਂ ਇੰਡੀਆ ਐਕਸਪੀਰੀਅੰਸ ਕਰਦੇ ਸੀ, ਜੋ ਖਾਂਦੇ ਸੀ, ਜੋ ਚੀਜ਼ਾਂ ਸੀ ਇੱਥੇ ਉੱਥੇ ਫੀਲ ਕਰਦੇ ਸੀ, ਦੇ ਵਾਂਟਿਡ ਟੂ ਹੈਵ ਇਟ ਹੇਅਰ। ਜੀ ਜੀ। ਸੋ ਉਹ ਜਿਹੜਾ ਬੈਰੀਅਰ ਸੀ, ਉਹ ਬੈਰੀਅਰ ਕਹਿ ਲਓ ਕਸਟਮ ਵਾਈਜ਼ ਇੱਥੇ ਲਿਆਉਣਾ ਬੜਾ ਔਖਾ ਸੀ ਉਸ ਟਾਈਮ, ਉਸ 90s ਅੰਦਰ ਕਸਟਮ ਨੂੰ ਕਲੀਅਰ ਕਰਨਾ, ਚੀਜ਼ਾਂ ਨੂੰ ਕਲੀਅਰ ਕਰਨਾ, ਉਹਨਾਂ ਨੂੰ ਸਮਝਾਉਣਾ, ਹਾਂਜੀ, ਅਤੇ ਗੋਰਿਆਂ ਨੂੰ ਸਮਝਾਉਣਾ ਕਿ ਅਸੀਂ ਇਹ ਚਾਹੁੰਦੇ ਹਾਂ, ਆ ਸਾਡੀ ਖੁਰਾਕ ਇਹ ਸੀ, ਮਸਾਲੇ ਹੋ ਗਏ, ਉਹਨਾਂ ਨੂੰ ਸਮਝਾਉਣ ਦੇ ਘੱਟ ਤੋਂ ਘੱਟ ਐਵੇਂ ਵੀ 2-3 ਸਾਲ ਅਤੇ ਇਸੇ ਦੌਰਾਨ ਨਾ ਪੇਪਰ ਵਰਕ ਸਿਸਟਮ ਉਹਨਾਂ ਨੂੰ ਸਮਝਾਉਣ ਦੇ ਚੱਕਰਾਂ 'ਚ ਹੀ ਨਾ। ਸੋ ਇਟ ਟੁੱਕ ਮੀ ਈਅਰ ਔਰ ਟੂ ਟੂ ਮੇਕ ਦੈਮ ਅੰਡਰਸਟੈਂਡ ਕਿ ਵਟ ਵੀ ਰੀਅਲੀ ਵਾਂਟ ਇਨ ਫੂਡ। ਅਤੇ ਫੂਡ ਅਸੀਂ ਸਟਾਰਟ ਕੀਤਾ ਜਿਵੇਂ 1998 ਅੰਦਰ ਵਿਦਆਊਟ ਹੈਵਿੰਗ ਵੇਰਕਾ ਇਨ ਪਲੇਸ, ਅਤੇ ਵੇਰਕਾ ਸਟਾਰਟ ਕੀਤਾ 2004 ਵਿੱਚ ਜਦੋਂ ਅਸੀਂ ਡੇਰੀ ਲਾਈ, ਡੇਰੀ ਇੱਥੇ ਲਾਈ ਹੈ। ਤੁਹਾਡੀ ਡੇਰੀ ਸਰੀ ਦੇ ਵਿੱਚ ਮੌਜੂਦ ਹੈਗੀ ਹੈ ਨਾ? ਡੇਰੀ ਸਾਡੀ ਰਿਚਮੈਂਡ ਅੰਦਰ ਹੈਗੀ ਹੈ, ਰਿਚਮੈਂਡ ਜੀ। ਅਤੇ ਬਿਸਾਈਡ ਦੈਟ ਵੀ ਹੈਵ ਅ ਬੇਕਰੀ ਪਲਾਂਟ ਵਿਚ ਇਜ਼ ਇਨ ਟੋਰਾਂਟੋ। ਜੀ ਜੀ। ਸੋ ਵੇਰਕਾ ਬੇਕਰੀ ਵਿਚ ਇਜ਼ ਵੈਰੀ ਪਾਪੂਲਰ, ਤੁਹਾਡੇ ਵੇਰਕਾ ਦੇ ਕੁਕੀਜ਼, ਕੇਕਸ, ਦੇ ਆਰ ਵੈਰੀ ਵੈਰੀ ਵੈਲ ਪਲੇਸਡ ਇਨ ਆਲ ਦਾ ਬੈਨਰਸ, ਬੈਨਰਸ ਲਾਈਕ ਵਾਲਮਾਰਟ, ਸੋਬੀਜ਼, ਲੋਬਲੋਜ਼, ਓਵਰਵੇਟੀਆ ਗਰੁੱਪ ਵਿਚ ਸੇਵ ਔਨ ਫੂਡਸ, ਅਤੇ ਪਲੱਸ ਆਲ ਦਾ ਐਥਨਿਕ ਸਟੋਰ। ਸੋ ਵੀ ਆਰ ਵੈਰੀ ਵੈਲ ਪਲੇਸਡ ਇਨ ਬੇਕਰੀ ਵਿਚ ਇਜ਼ ਵੈਰੀ ਸਟਰੋਂਗ, ਡੇਰੀ ਇਜ਼ ਵੈਰੀ ਸਟਰੋਂਗ, ਵੀ ਆਰ ਆਈ ਕੈਨ ਸੇ ਦੈਟ ਵੀ ਆਰ ਔਨ ਅ ਵੈਰੀ ਗੁੱਡ ਨੰਬਰਸ ਵਿਚ ਵੀ ਆਰ ਡੂਇੰਗ ਵਿਦ ਡੇਰੀ ਪ੍ਰੋਡਕਟਸ ਐਜ਼ ਵੈਲ। ਅਤੇ ਉਸ ਤੋਂ ਬਾਅਦ ਇੱਕ ਲੇਟੈਸਟ ਅਸੀਂ ਹੁਣ ਵੀ ਆਰ ਕਮਿੰਗ ਅਪ ਵਿਦ ਫਰਾਇੰਗ ਪ੍ਰੋਡਕਟਸ ਐਜ਼ ਵੈਲ ਵਿਚ ਇਜ਼ ਫਰਾਇੰਗ ਐਂਡ ਰੋਸਟਿੰਗ। ਅੱਛਾ ਜੀ। ਰੋਸਟਿੰਗ ਅੰਦਰ ਵੀ ਆਰ ਕਮਿੰਗ ਅਪ ਵਿਦ ਨਟਸ ਐਂਡ ਆਲ ਦੈਟ, ਕਾਜੂ, ਬਦਾਮ, ਪੀਨਟਸ। ਸੋ ਵਿਚ ਵੀ ਜਸਟ ਰੀਸੈਂਟਲੀ ਸਟਾਰਟਡ। ਕਿਆ ਬਾਤ ਹੈ, ਬਹੁਤ ਬਹੁਤ ਵਧਾਈਆਂ, ਕਿਉਂਕਿ ਤੁਸੀਂ ਦੇਖੋ ਫੂਡ ਹਰ ਇੱਕ ਇਨਸਾਨ ਨੂੰ ਲੋੜ ਹੈਗੀ ਹੈ ਨਾ, ਐਵਰੀਡੇ ਖਾਣਾ, ਔਰ ਤੁਸੀਂ ਅੱਛੀ ਕੁਆਲਿਟੀ ਦਾ ਉਹਨਾਂ ਨੂੰ ਜਿਹੜਾ ਮਨ ਪਾਉਂਦਾ, ਔਰ ਖਾਸ ਕਰਕੇ ਜੋ ਇੰਡੀਆ 'ਚ ਚਾਹੀਦਾ ਸੀ ਉਹੋ ਜਿਹੀ ਕੁਆਲਿਟੀ ਆ, ਉਸ ਤੋਂ ਵਧੀਆ ਕੁਆਲਿਟੀ ਵੀ ਤੁਸੀਂ ਪੇਸ਼ ਕਰ ਰਹੇ ਹੋ। ਸੋ ਤੁਹਾਡਾ ਸਾਥ ਮੋਨਾ ਜੀ ਦੇ ਰਹੇ ਕਾਫੀ? ਹਾਂ, ਮੋਨਾ ਇਜ਼ ਮਾਈ ਬੈਟਰ ਹਾਫ ਐਕਚੁਅਲੀ, ਹੀ ਇਜ਼ ਵਰਕਿੰਗ ਵਿਦ ਮੀ ਇਨ ਮਾਈ ਕੰਪਨੀ, ਸੋ ਵੀ ਆਰ ਬੋਥ ਟੁਗੈਦਰ ਵਰਕਿੰਗ ਇਨ ਦਾ ਕੰਪਨੀ ਟੂ ਅਚੀਵ ਆਰ ਗੋਲਸ। ਇਸ ਜਵਾਨ ਇਨਸਾਨ ਦੇ ਨਾਲ ਮੁਲਾਕਾਤ ਕਿੱਦਾਂ ਹੋਈ ਤੁਹਾਡੀ? ਲੌਂਗ ਸਟੋਰੀ। ਹਾਂਜੀ, ਲੈਟਸ ਕੀਪ ਇਟ ਸ਼ਾਰਟ। ਹਾਂਜੀ, ਲੌਂਗ ਟਾਈਮ ਬੈਕ, ਬਟ ਇਟ ਵਾਸ ਵੀ ਮੈਟ ਇਨ ਅ ਹਾਸਪਿਟਲ ਅਰਾਊਂਡ, ਯਾ ਐਕਚੁਅਲੀ ਯਾ ਪੀਪਲ ਸੇ ਓ ਵੀ ਮੈਟ, ਦਿਸ ਵਾਸ ਵੈਰੀ ਰੋਮੈਂਟਿਕ, ਇਹ ਹੋਇਆ ਉਹ ਹੋਇਆ, ਵੈਨ ਪੀਪਲ ਆਸਕ ਮੀ ਵੇਰ ਡੂ ਯੂ ਮੈਟ ਗਗਨ ਫੋਰ ਦ ਫਸਟ ਟਾਈਮ, ਐਂਡ ਆਈ ਸੈਡ ਓ I met in a hospital. Actually, we have a hospital in India. Achha, my chacha is a heart specialist and ji. My chacha is a gynecologist. Achha. So my chacha happens to be their family doctor. Oh, okay. So when Gagan was visiting India in 2003, so he came to see my chacha, and then othe sadi ona de office ch by chance a million ona nu aayi si te office ch baithi main si. So that's how. So inne ilaaj karta us din mera. So dil da mamla si, so dil da ilaaj. She treated me that day. Yeah. So that was the time. It was year 2003. I was visiting India. Haan ji. Te unhon ne doctor saab nu dekhan gaya, milan gaya, unhon keha chalo thode check up kar do. Te office andar by chance he was on the route, jo routine hunda unhon de hospital da. Round te gaye san, te she was sitting there. Main keha koi badi soni ji kudi baithi hai, chalo chalo ilaaj waise hi ho gaya. To baithe gup shup mari, te they took us to their, it was not planned at all. It was not like, it was just a general meeting. Very good. So that was very very but nice. But India tonu pata hai sanu utte lege kar kamre ch bithata. So we talked for like 5-10 minutes and I think we got engaged after 5 days. Wow. After that. Yeah. So ode baad kitta da toda safar reha, matlab munda dekh liya tusi hospital setting ch, idon te apa Bollywood di script I know movie ban sakdi hai ede tutte hospital mein mulaqat. I know. No, initially 3-4 din assi mile, and then 5 days ich roka karta, and then I think within 20 days 22 days sada vyah ho gaya, and then I came to Canada, and that's how my journey started.
ਤੇ ਆਈ ਵਾਸ ਸਟਿਲ ਸਟੱਡਿੰਗ ਜਦੋਂ ਮੈਂ ਇਹਨਾਂ ਨੂੰ ਮਿਲੀ ਆਈ ਵਾਸ ਡੂਇੰਗ ਮਾਈ ਮਾਸਟਰਸ ਇਨ ਬਿਜ਼ਨਸ MBA ਕਰ ਰਹੀ ਸੀ ਮੈਂ ਐਂਡ ਦੈਨ ਆਈ ਡਿਡ ਮਾਈ ਐਗਜ਼ਾਮਸ ਐਂਡ ਦੈਨ ਇੱਥੇ ਮੂਵ ਹੋ ਗਈ ਐਂਡ ਦੈਨ ਓਬਵੀਅਸਲੀ ਮੈਂ ਬਿਜ਼ਨਸ ਫੈਮਲੀ ਨੂੰ ਹੀ ਬਿਲੋਂਗ ਕਰਨੀ ਹਾਂ ਮਾਈ ਡੈਡ ਇਜ਼ ਅ ਬਿਜ਼ਨਸ ਮੈਨ ਟੂ ਅਤੇ ਗੋਟ ਮੈਰਿਡ ਟੂ ਅ ਬਿਜ਼ਨਸ ਮੈਨ ਡਿਡ ਮਾਈ ਮਾਸਟਰਸ ਇਨ ਬਿਜ਼ਨਸ ਸੋ ਸਭ ਕੁਛ ਵਾਸ ਫੋਲੋਇੰਗ ਇਨ ਪਲੇਸ ਅਤੇ ਇੱਥੇ ਆ ਕੇ ਆਈ ਜੁਆਇੰਟ ਹਿਮ ਇਨ ਬਿਜ਼ਨਸ ਸੋ ਇਟਸ ਬੀਨ ਆਲਮੋਸਟ 14 ਸਾਲ ਆਲਮੋਸਟ ਵਿਆਹ ਨੂੰ ਹੋ ਗਏ ਨੇ ਅਤੇ ਆਲਮੋਸਟ ਸੇਮ ਟਾਈਮ ਆਈ ਹੈਵ ਬੀਨ ਵਰਕਿੰਗ ਵਿਦ ਹਿਮ ਸੋ ਬਨਵਾਸ ਪੂਰਾ ਹੋ ਚੁੱਕਿਆ ਸੋ ਹੁਣ ਮਤਲਬ ਫ੍ਰੀ ਹੋ ਗਏ ਤੇ ਤੁਸੀਂ ਵੀ ਕਾਫੀ ਇਹਨਾਂ ਦਾ ਹੈਲਪ ਕਰਦੇ ਹੋ ਯਾ ਆਫਿਸ ਐਡਮਿਨਿਸਟ੍ਰੇਸ਼ਨ ਵਗੈਰਾ ਮਾਰਕੀਟਿੰਗ ਸਾਰੀ ਮੇਰੇ ਅੰਡਰ ਆਏ ਉਹ ਸਾਰਾ ਮੈਂ ਦੇਖਨੀ ਆ ਐਂਡ ਗਗਨ ਟੇਕਸ ਕੇਅਰ ਆਫ ਦੀ ਇੰਪੋਰਟਸ ਤੇ ਬਾਕੀ ਸਾਰੀ ਚੀਜ਼ਾਂ ਯਾ ਸੋ ਕਾਫੀ ਮਤਲਬ ਇੱਕ ਦੂਜੇ ਦੇ ਨਾਲ ਰੋਜ਼ ਤੁਹਾਨੂੰ ਕਮਿਊਨੀਕੇਸ਼ਨ ਬਿਜ਼ਨਸ ਦਾ ਹੁੰਦੇ ਸਾਰਾ ਦਿਨ ਆਫਿਸ ਵਿੱਚ ਹੈ ਗਿਆ ਬਟ ਇੱਕ ਦੂਜੇ ਨਾਲ 5 ਮਿੰਟ ਵੀ ਗੱਲ ਨਹੀਂ ਹੁੰਦੀ ਲਾਈਕ ਵੀ ਡੋਨਟ ਟਾਕ ਜਦੋਂ ਕਦੀ ਦਾ ਲੰਚ ਵੀ ਕਰਨਾ ਹੁੰਦਾ ਤੇ ਮੈਂ ਆਪਣੇ ਰੂਮ 'ਚ ਇੱਧਰ ਫੋਨ ਕਰਨੀ ਆ ਲੰਚ ਕਰ ਲਈ ਯੂ ਨੋ ਸੋ ਆਈ ਥਿੰਕ ਆਫਿਸ ਵਿੱਚ ਵੀ ਬਿਹੇਵ ਵੀ ਆਰ ਟੋਟਲੀ ਪ੍ਰੋਫੈਸ਼ਨਲਸ ਲਾਈਕ ਆਰ ਇੰਟਾਇਰ ਸਟਾਫ ਬਾਕੀ ਬੰਦਿਆਂ ਦੇ ਨਾਲ ਅਤੇ ਕੰਮ ਸੇਮ ਹੈਗਾ ਰਿਸਪੋਂਸੀਬਿਲਿਟੀਜ਼ ਅਲੱਗ ਅਲੱਗ ਹੈਗੀਆਂ ਨੇ ਅਤੇ ਆਪਣੀ ਆਪਣੀ ਰਿਸਪੋਂਸੀਬਿਲਿਟੀਜ਼ ਆਪਣਾ ਕਰੀ ਜਾਂਦੇ ਜਦੋਂ ਕੋਈ ਹੈਲਪ ਦੀ ਲੋੜ ਹੁੰਦੀ ਹੈ ਕੋਈ ਕੁਐਸਚਨ ਪੁੱਛਣਾ ਹੋਏ ਕੰਮ ਰਿਲੇਟਡ ਤੇ ਪੁੱਛ ਲੈਂਦੇ ਹਾਂ ਪਰਸਨਲ ਗੱਲਾਂ ਕੋਈ ਆਫਿਸ ਵਿੱਚ ਨਹੀਂ ਹੁੰਦੀ ਹੈ ਐਵਰੀਥਿੰਗ ਆਫਟਰ 5 o'clock ਮੈਂ ਦੇਖਦਾ ਰਹਿੰਦਾ ਸੋਸ਼ਲ ਮੀਡੀਆ 'ਚ ਕਈ ਵਾਰ ਤੁਸੀਂ ਇੰਡੀਆ ਜਾਂਦੇ ਤਾਂ ਉੱਥੇ I learned from my dad. My dad bahut hi soni patang udande si te mainu halle tak yaad hai sada 3-story house hunda sab to uchi chhat sadi hundi si te mere dad ne pure aas pe puri utthe sab di patanga kat deniyan te main badi excited ho jandi dekh ke fir main papa nu kiya main ke papa mainu vi sikhao patang udani te hun ਮੇਰੇ ਡੈਡ ਹੁਣ ਨਹੀਂ ਹੈਗੇ ਹੀ ਪਾਸਡ ਅਵੇ ਅਤੇ ਬਟ ਉਹਨਾਂ ਦੀ ਆਈ ਥਿੰਕ ਵਟ ਐਵਰ ਆਈ ਐਮ ਟੂਡੇ ਆਈ ਥਿੰਕ ਇਟਸ ਬਿਕੋਜ਼ ਆਫ ਹਿਮ ਉਹ ਆਰਮੀ 'ਚ ਕਦੀ ਨਹੀਂ ਜਾਣਾ ਆਰਮੀ 'ਚ ਜਾਣਾ ਚਾਹੁੰਦੇ ਸੀ ਪਰ ਜਾ ਨਹੀਂ ਪਾਏ ਬਿਕੋਜ਼ ਆਫ ਹੈਲਥ ਰੀਜ਼ਨ ਅਤੇ ਕਾਲਜ ਪੂਰਾ ਉਹਨਾਂ ਨੇ ਆਰਮੀ ਵਾਲਾ ਮਾਹੌਲ ਬਣਾਇਆ ਹੋਇਆ ਸੀ ਟਾਈਮ 'ਤੇ ਉੱਠੋ ਟਾਈਮ ਤੋਂ ਪੂਰਾ ਡਿਸਿਪਲਿਨ ਫੋਰਕ ਐਂਡ ਨਾਈਫ ਨਾਲ ਖਾਣਾ ਖਾਣਾ ਹੈ ਸੋ ਆਲ ਦੈਟ ਸਟੱਫ ਸੋ ਜੋ ਚੀਜ਼ ਆਪ ਨਹੀਂ ਕਰਦਾ ਬੰਦਾ ਕਹਿੰਦਾ ਇਹਨੂੰ ਸਭ ਸੋ ਯਾ ਪਤੰਗ ਉਡਾਣੀ ਮੈਂ ਪਾਪਾ ਤੋਂ ਸਿੱਖੀ ਸੀ ਯਾ ਆਈ ਸਟਿਲ ਨੋ ਹਾਊ ਟੂ ਫਲਾਈ ਅ ਕਾਈਟ ਮਤਲਬ ਮੈਂ ਦੇਖਦਾ ਰਹਿੰਦਾ ਔਰ ਅੱਛੀ ਗੱਲ ਹੈਗੀ ਆ ਔਰ ਬੰਬੇ ਨੂੰ ਮੈਂ ਬਿਲੋਂਗ ਕਰਦਾ ਅਸੀਂ ਵੀ ਸਾਡੀ ਹੁਣ 8-story ਹੋ ਗਈ ਬਿਲਡਿੰਗ ਪਹਿਲੋ ਪੁਰਾਣੀ ਸੀ 5-story ਸੋ ਉਹਦੇ ਟੈਰਿਸ ਉਹਦੀ ਟਾਂਕੀ ਦੇ ਉੱਤੇ ਜਾ ਕੇ ਤੋਂ ਤੇ ਡੋਰ ਦੀ ਲੋੜ ਨਹੀਂ ਹੁੰਦੀ ਸੀ ਜ਼ਿਆਦਾ ਹੈ 8ਵੇਂ ਫਲੋਰ ਤੇ ਪਤੰਗ ਇਨੀ ਉੱਚੀ ਅੱਗੇ ਹੀ ਹੈ ਆਲਰੇਡੀ ਹੈ ਤੁਸੀਂ ਮਲਟੀ ਟੈਲੈਂਟਡ ਹੋ ਜਿੱਥੇ ਇੱਕ ਬਿਜ਼ਨਸ ਵੂਮਨ ਹੋ MBA ਕੀਤੀ ਹੈ ਮਦਰ ਹੋ ਵੈਰੀ ਨਾਈਸ ਗਗਨ ਜੀ ਦੇ ਨਾਲ ਤੁਸੀਂ ਉਹਨਾਂ ਦੀ ਦੰਪਤੀ ਹੋ ਮਤਲਬ ਤੁਹਾਡੇ ਕਾਫੀ ਗੁਣ ਹੈਗੇ ਔਰ ਮੈਂ ਸੁਣਿਆ ਤੁਸੀਂ ਅੱਛਾ ਗਾਉਂਦੇ ਵੀ ਹੋ ਸੋ ਇਹਦੇ ਬਾਰੇ ਕੁਛ ਦੱਸੋਗੇ ਸਿੰਗਿੰਗ ਟੈਲੈਂਟ ਨੈਚੁਰਲੀ ਹੈਗਾ ਕਿ ਘਰ ਦੇ ਸਾਰੇ ਗਾਉਂਦੇ ਸਿੰਗਿੰਗ ਟੈਲੈਂਟ ਵੀ ਮੇਰੀ ਫੈਮਲੀ ਤੋਂ ਹੀ ਮਿਲਿਆ ਵੀ ਆਰ ਨੋਟ ਪ੍ਰੋਫੈਸ਼ਨਲ ਸਿੰਗਰਸ ਬਟ ਮੇਰੇ ਪਾਪਾ ਵੀ ਗਾਉਂਦੇ ਸੀ ਮੇਰੀ ਮੋਮ ਵੀ ਥੋੜ੍ਹਾ ਬਹੁਤ ਗਾ ਲੈਂਦੀ ਸੀ ਮਾਈ ਸਿਸਟਰ ਇਜ਼ ਆਲਸੋ ਸਿੰਗ ਪਰ ਆਪਾਂ ਸਾਰੇ ਬਾਥਰੂਮ ਸਿੰਗਰ ਲਾਈਕ ਵੀ ਸਿੰਗ ਇਟ ਐਟ ਹੋਮ ਕਰਦੇ ਲੇਡੀ ਸੰਗੀਤ 'ਤੇ ਫੰਕਸ਼ਨਸ 'ਤੇ ਸੋ no professional training or anything but semi shonk hai and I think something genetically bhi thoda ja janda in the family if, your dad okay. sings and your mom sings te bas utho hi thoda ja kita so I don't have any kuch do char bol ho jaan kuch I heard her singing for the first time when we got married actually Achha, when she visited she came to our house Achha, for the first time jadon pehlo dekhe ho to haan ji us to raag aane shuru ho gaye sun yeah Okay, I'll sing two lines from one of my favorite songs. It was song di vi meri do favorite lines hai gaye. So I'll just sing that. Bilkul. Dil diya rawa utte pair nahi lagde mukadra de likhe hoye mit nahi sakde Dil diya rawa utte pair nahi lagde ਮੁਕਦਰਾਂ ਦੇ ਲਿਖੇ ਹੋਏ ਮਿਟ ਨਹੀਂ ਹੋ ਸਕਦੇ ਮਿਟ ਨਹੀਂ ਹੋ ਸਕਦੇ ਮੈਨੂੰ ਰੱਬ ਹਣੇ ਬਣਾਇਆ ਤੇਰੇ ਲਈ ਓਏ ਮੈਨੂੰ ਰੱਬ ਹਣੇ ਬਣਾਇਆ ਤੇਰੇ ਲਈ ਓਏ ਮੱਥੇ ਤੇਰਾ ਨਾਂ ਲਿਖ ਕੇ ਬੂਹੇ ਬਾਰੀਆਂ ਹਾਏ ਬੂਹੇ ਬਾਰੀਆਂ ਬਾਜ਼ੀ ਸ਼ਹਿਕੇ ਦੀ ਜਿੱਤ ਲੂੰਗੀ ਸੋਹਣਿਆ ਬਾਜ਼ੀ ਸ਼ਹਿਕੇ ਦੀ ਜਿੱਤ ਲੂੰਗੀ ਸੋਹਣਿਆ ਰੱਬ ਤੋਂ ਦੁਆ ਮੰਗ ਕੇ ਬੂਹੇ ਬਾਰੀਆਂ
ਬੂਹੇ ਬਾਰੀਆਂ ਕਿਆ ਬਾਤ ਹੈ ਕਿ ਮੇਰੇ ਖਿਆਲ ਨਾਲ ਤੇ ਬਾਥਰੂਮ ਸਿੰਗਰ ਨਹੀਂ ਹੈ ਤੁਸੀਂ ਕਾਫੀ ਅੱਛੇ ਨਹੀਂ ਬਾਥਰੂਮ ਤੋਂ ਬਾਹਰ ਆ ਗਈ ਹੈ ਨਿਸ਼ਚਿਤ ਇਜ਼ ਆਊਟ ਬਟ ਇਟਸ ਵੈਰੀ 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 ਨਾਈਸ ਬਹੁਤ ਅੱਛਾ ਹੈ ਔਰ ਤੁਹਾਨੂੰ ਮੇਰੇ ਹਿਸਾਬ ਦੇ ਨਾਲ ਥੋੜਾ ਹੋਰ ਇਹਨੂੰ ਡਿਵੈਲਪ ਕਰਨਾ ਚਾਹੀਦਾ ਹੈ ਔਰ ਬਹੁਤ ਸੋਹਣਾ ਸੀ ਔਰ ਇੱਕ ਇੱਕ ਅਲਫਾਜ਼ ਇੱਕ ਇੱਕ ਸੁਰ ਇੱਕ ਇੱਕ ਤਾਲ ਜਿਹੜੀ ਹੈਗੀ ਹੈ ਬਿਲਕੁਲ ਸਹੀ ਸੀ ਥੈਂਕ ਯੂ ਅਤੇ ਤੁਹਾਨੂੰ ਮੈਂ ਇੱਥੇ ਦੇਖਿਆ ਵੀ ਤੁਸੀਂ ਕਾਫੀ ਇੱਥੇ ਸ਼ੋਅ ਵੀ ਲੱਗ ਕੇ ਆਉਂਦੇ ਸੋ ਇਹ ਇਹ ਮਤਲਬ ਐਂਟਰਟੇਨਮੈਂਟ 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 ਸ਼ੁਰੂ ਤੋਂ ਸੀ ਕਿ ਦਿਸ ਡਿਵੈਲਪ ਲੇਟਰ ਔਨ ਆਫਟਰ ਦੈਟ ਮੇਰੇ ਚ ਨਾ ਇੱਕ ਗੱਲ ਹੈ ਆਈ ਗੈਟ ਬੋਰਡ ਵੈਰੀ ਈਜ਼ੀਲੀ ਅੱਛਾ ਜੀ ਮੈਂ ਮੈਨੂੰ ਹੁੰਦਾ ਕੁਛ ਨਾ ਕੁਛ ਨਵਾਂ ਕਰੀ ਜਾਓ ਲਾਈਕ ਬਿਜ਼ਨਸ ਇਜ਼ ਮਾਈ ਫੁੱਲ ਟਾਈਮ ਠੀਕ ਹੈ ਮੈਂ ਆਲਮੋਸਟ 13 ਈਅਰਸ ਤੋਂ ਮੈਂ ਕੰਮ ਕਰ ਰਹੀ ਹਾਂ ਦਿਸ ਇਜ਼ ਮਾਈ ਐਵਰੀ ਡੇ ਰੂਟੀਨ ਐਵਰੀ ਡੇ ਆਫਿਸ ਜਾਣਾ ਬਟ ਉਹਦੇ ਨਾਲ ਮੈਨੂੰ ਆਲਵੇਜ਼ ਹੁੰਦਾ ਆਈ ਡੂ ਸਮਥਿੰਗ ਐਲਸ ਲਾਈਕ ਵਟਸ ਹੋਰ ਮੈਂ ਕੀ ਕਰ ਸਕਦੀ ਹਾਂ ਹੋਰ ਕੀ ਓਪਰਚੁਨਿਟੀ ਹੈ ਹੋਰ ਐਨੀਥਿੰਗ ਲਾਈਕ ਸੋ ਆਈ ਆਲਵੇਜ਼ ਲੁੱਕ ਫੋਰਵਰਡ ਟੂ ਡੂਇੰਗ ਡਿਫਰੈਂਟ ਥਿੰਗਸ ਦੈਨ ਵਟ ਮਾਈ ਰੈਗੂਲਰ ਵਰਕ ਇਜ਼ ਜੀ ਠੀਕ ਹੈ ਅਤੇ ਆਈ ਐਮ ਅ ਬਿਗ ਬੋਲੀਵੁੱਡ ਬਫ ਆਈ ਲਵ ਬੋਲੀਵੁੱਡ ਮੂਵੀਜ਼ ਬੋਲੀਵੁੱਡ ਮਿਊਜ਼ਿਕ ਸੌਂਗਸ ਐਵਰੀਥਿੰਗ ਲਾਈਕ ਸੋ ਉਹਦੇ ਕਰਕੇ ਵੀ ਮੇਰਾ ਥੋੜ੍ਹਾ ਬਹੁਤ ਸ਼ੋਅ ਬਿਜ਼ਨਸ ਵਿੱਚ ਇੰਟਰਸਟ ਹੋਇਆ ਵੀ ਗੋਟ ਦਿਸ ਓਪਰਚੁਨਿਟੀ ਅਤੇ ਵੈਨ ਵੀ ਹੈਡ ਟੂ ਡੂ ਦਿਸ ਸ਼ੋਅ ਐਂਡ ਇਟ ਵਾਜ਼ ਅ ਬਿਗ ਟੀਮ ਬਿਗ ਬੋਲੀਵੁੱਡ ਟੀਮ ਕਮਿੰਗ ਅਪ ਸ਼ਾਹਰੁਖ ਖਾਨ ਦੀਪਿਕਾ ਪਾਦੂਕੋਨ ਅਭਿਸ਼ੇਕ ਬੱਚਨ ਭਮਨ ਇਰਾਨੀ ਇਟ ਵਾਜ਼ ਅ ਕਰੂ ਆਫ 125 ਪੀਪਲ ਜਿਹੜੇ ਇੰਡੀਆ ਤੋਂ ਆ ਰਹੇ ਸੀ ਫੋਰ ਦਿਸ ਸ਼ੋਅ ਐਂਡ ਮੈਂ ਗਗਨ ਨਾਲ ਗੱਲ ਕੀਤੀ ਮੈਂ ਕਿਹਾ ਆਈ ਐਮ ਰੀਅਲੀ ਇੰਟਰਸਟਿਡ ਟੂ ਡੂ ਦਿਸ ਅਤੇ ਗਗਨ ਕਹਿੰਦੇ ਇਟਸ ਅ ਬਿਗ ਰਿਸਪੋਂਸੀਬਿਲਿਟੀ ਐਂਡ ਇਟਸ ਵੈਰੀ ਚੈਲੇਂਜਿੰਗ ਅਤੇ ਡੂ ਯੂ ਥਿੰਕ ਵੀ ਸ਼ੁੱਡ ਬੀ ਏਬਲ ਟੂ ਡੂ ਇਟ ਮੈਂ ਕਿਹਾ ਵਿਲ ਟਰਾਈ ਯੂ ਨੋ ਅਤੇ ਰਿਸਕ ਉਹ ਕਹਿੰਦੇ ਰਿਸਕ ਲਾਈਫ ਵਿੱਚ ਲੈਣਾ ਆਈ ਬਿਲੀਵ ਇਟਸ ਆਲਵੇਜ਼ ਅ ਗੁੱਡ ਥਿੰਗ ਟੂ ਟੇਕ ਰਿਸਕ ਐਂਡ ਆਈ ਫੀਲ ਸੋ ਪ੍ਰਾਊਡ ਐਂਡ ਈਵਨ ਆਫਟਰ ਆਲ ਦ good and bad experiences and I think I've become a better stronger and wiser person now ehi hunda jadon assi koi vi nava kam karde hain struggle is always struggle to apan learn karde hain aur tusi dekho itthe aaye apni mehnat kiti aur inne sohne muqam te ja rahe ho hun assi na ik choti ji break le rahe hain aur jehde mashhoori karan wale ho sanu keh rahe ho vi show inna vadhiya chal reha sanu vi time de do de rahe ho tuhanu time jaayo na kithe fir palat ke unne Dr. Bhurji show che ਵਾਪਸ ਆ ਰਹੇ ਵੈਲਕਮ ਬੈਕ ਟੂ ਡਾਕਟਰ ਬਰਜੀ ਸ਼ੋ ਡਾਕਟਰ ਬਰਜੀ ਸ਼ੋ ਜੇ ਤੁਹਾਡਾ ਫਿਰ ਨਿੱਘਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਇੱਕ ਨਿੱਕਾ ਨੰਨਾ ਮੁੰਨਾ ਪਿਆਰਾ ਜਿਹਾ ਬੱਚਾ ਜਿਹਦੇ ਵਿੱਚ ਬੜੇ ਸਾਰੇ ਗੁਣ ਹੈਗੇ ਆ ਗਗਨ ਜੀ ਔਰ ਮੋਨਾ ਜੀ ਦਾ ਬੇਟਾ ਅਬੀਰ ਜਿਹੜਾ ਹੈਗਾ ਜਿਹਨੇ ਤੁਹਾਡਾ ਸਵਾਗਤ ਕੀਤਾ ਔਰ 6 ਸਾਲ ਦਾ ਬੱਚਾ ਜਿਹੜਾ ਹੈਗਾ ਮਲਟੀ ਟੈਲੈਂਟਿਡ ਹੈ ਮੈਂ ਕਾਫੀ ਪ੍ਰੋਗਰਾਮ 'ਚ ਜਾਂਦਾ ਫੈਸ਼ਨ ਸ਼ੋਅਜ਼ ਵੀ ਕਰ ਲੈਂਦਾ ਐਂਟਰਟੇਨ ਵੀ ਕਰਦਾ ਹਸਮੁੱਖ ਪਰਸਨੈਲਿਟੀ ਹੈ ਬਿਲਕੁਲ ਆਪਣੇ ਫੈਮਲੀ ਦੇ ਉੱਤੇ ਗਿਆ ਔਰ ਬਿਜ਼ਨਸ ਦਾ ਜਿਹੜਾ ਨਵਾਂ ਚਿਰਾਗ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ ਸੋ ਫਿਰ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ ਹੈ ਹਾਊ ਡੂ ਯੂ ਫੀਲ ਕਮਿੰਗ ਟੂ ਡਾਕਟਰ ਬਿਊਟੀ ਸ਼ੋਅ ਅਬੀਰ ਠੀਕ ਹੋ ਠੀਕ ਹੈ ਵੈਰੀ ਗੁੱਡ ਡੂ ਯੂ ਥਿੰਕ ਡੂ ਯੂ ਲਾਈਕ ਦਿਸ ਸਟਫ ਯੂ ਲਾਈਕ ਟੀਕਾ ਵਾਓ ਯੂ ਆਰ ਨਾਟ ਅਫਰੇਡ ਆਫ ਐਨੀਥਿੰਗ ਸੋ ਟੈਲ ਮੀ ਮੋਰ ਅਬਾਊਟ ਯੂ ਹਾਊ ਓਲਡ ਆਰ ਯੂ ਵੇਅਰ ਡੂ ਯੂ ਗੋ ਟੂ ਸਕੂਲ ਐਂਡ ਆਲ ਦੋਸ ਥਿੰਗਸ I'm 6. I go to South Point and Academy. And you are in grade 1, 2, 3? Yeah. Grade 1 or 2 or 3? Grade 1. And how's life at school? Good. Mm-hmm. The teachers give you a lot of homework or they're okay yeah. nowadays? Yeah, sometimes so much homework. So much homework. What do you do when it is too much homework? Then mommy does it for you or daddy does it? No, you have to do it yourself? Sometimes I beg my mom to stop. For me to stop doing study. Okay, you tell them, yeah, too much study nowadays in grade 1. So how's life in general? Are you happy? Are you good? Happy. Happy. And keep on looking at me. You're beautiful. Keep on looking at me. So you want to say something like any count you want to do in Spanish language, Hindi language, English language? Spanish, I know. Okay, go ahead. And talk at sexies. Wait. Yeah, that's French. That's French. Wow. So you know French also. What else do you want to say? You want to say a song like your mother sang a really beautiful song. You can say sing in English if you want. I don't know her song, but I make some songs. Oh, you make songs. Wow. So can we hear one song? Okay. You might be crazy, but have I told you lately that I love you? You're the only reason that I'm not afraid to fly, and it's crazy. And that someone could change me. You're the only reason that I'm not afraid to fly, and you're the reason why.
I'm trying to do my own things and I'm trying to figure it out. And I'm all right to keep it together, a little bit off. Wow, that was so good. Nice. Wow. That's awesome. So you make songs, you sing songs. And how do you get all this time to go to school, then do homework, then sing songs and all those things? Sometimes I whisper and sing and making songs when I study at school. Wow, that's a higher form of intelligence. Do you know that? Like when we're connected to music and we're learning, then we our intelligence goes up. So that's why you're so smart. What other talents do you have? Dancing, karate, swimming. Wow. So dancing, who taught you? You learned by yourself or mommy does it with you or daddy does it with you or? I just learned it myself. Okay. Do you want to show us a little bit dancing or no? Okay. Okay, you can do it here. Come down. And you can look around. The cameras are on the other side. Yeah. So you can give us a move and we will do dancing. Yeah. ਔਰ ਮੋਨਾ ਜੀ ਮਲਟੀ ਟੈਲੈਂਟਡ ਹੈਗੇ ਆ ਜਿੱਥੇ ਐਮ ਬੀ ਏ ਕੀਤੀ ਹੈ ਨਾਲ ਬਿਜ਼ਨਸ ਕਰ ਰਹੇ ਆ ਬੱਚੇ ਨੂੰ ਪਾਲ ਰਹੇ ਕਮਿਊਨਿਟੀ 'ਚ ਵੀ ਜਦੋਂ ਵੀ ਕੋਈ ਵੀ ਕੰਮ ਹੁੰਦਾ ਜ਼ਰੂਰ ਹੈਲਪ ਕਰਦੇ ਮੈਨੂੰ ਪਤਾ ਔਰ ਫੈਸ਼ਨ ਇੰਡਸਟਰੀ ਵੀ ਗਾਣੇ ਦਾ ਵੀ ਸੋ ਅਸੀਂ ਇੱਥੇ ਹੀ ਤੁਹਾਡੇ ਤੋਂ ਆਗਿਆ ਲੈਂਦੇ ਹਾਂ ਅਗਲੇ ਹਫ਼ਤੇ ਫਿਰ ਇੱਕ ਹੋਰ ਵਧੀਆ ਪ੍ਰੋਗਰਾਮ ਤੁਹਾਡੇ ਲੈ ਕੇ ਆਵਾਂਗੇ ਡਾਕਟਰ ਭੁਰਜੀ ਸ਼ੋਅ ਦੇ ਵਿੱਚ ਤਦ ਤੱਕ ਰੱਬ ਰਾਖਾ